ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਤਕੀਰਤ ਸਿੰਘ ਅਤੇ ਅੱਜ ਇੱਕ ਹੋਰ ਰੈਸਿਪੀ ਦੀ ਵੀਡੀਓ ਲੈ ਕੇ ਆਇਆ ਮੈਂ ਤੁਹਾਡੇ ਲਈ ਉਹ ਹੈ ਜੀ ਕਾਲੀ ਮਿਰਚ ਚਿਕਨ। ਸਭ ਤੋਂ ਈਜ਼ੀਐਸਟ ਚਿਕਨ ਬਣਾਉਣ ਦਾ ਤਰੀਕਾ ਹੈਗਾ ਕਾਲੀ ਮਿਰਚ ਚਿਕਨ। ਮਤਲਬ ਦੇਖੋ ਆਪਾਂ ਖਾਣ ਜਾਂਦੇ ਹਾਂ ਔਰਡਰ ਮਾਰਦੇ ਜੀ ਕਾਲੀ ਮਿਰਚ ਚਿਕਨ ਦੇ ਦਿਉ, ਖਾਂਦੇ ਹਾਂ ਆਪਾਂ ਕਹਿੰਦੇ ਹਾਂ ਯਾਰ ਕਿੰਨੀ ਕੋਂਪਲੀਕੇਟਡ ਜੀ ਚੀਜ਼ ਹੈ, ਪਤਾ ਨਹੀਂ ਕਿਵੇਂ ਬਣਾਉਂਦੇ ਹੋਣਗੇ, ਲੱਲਾ ਭੱਬਾ ਕਾਜੂ ਬਦਾਮ ਪਤਾ ਨਹੀਂ ਕੀ ਕੁ ਪਾਉਂਦੇ ਹੋਣਗੇ। ਤੁਹਾਨੂੰ ਅੱਜ ਦਿਖਾ ਦਿੰਦੇ ਹਾਂ ਜੀ ਇਹ 'ਚ ਪੈਂਦਾ ਕੀ ਆ। ਆ ਜਾਓ ਫਿਰ ਮਗਰ ਪਹਿਲਾਂ ਆਪਾਂ ਚੱਕ ਲੈਣਾ ਕੁੱਕਰ, ਪਰ ਕੁੱਕਰ ਤੋਂ ਪਹਿਲਾਂ ਆਪਾਂ ਗੈਸ ਬਾਲ ਲਈਏ। ਵਾਹ ਜੀ ਵਾਹ, ਇਹ ਆਪਾਂ ਇਹ 'ਚ ਧਰਤਾ ਕੁੱਕਰ। ਹੁਣ ਵਾਰੀ ਇਹਦੇ ਵਿੱਚ ਰਿਫਾਇੰਡ ਪਾਉਣ ਦੀ, ਰਿਫਾਇੰਡ ਇਹਦੇ ਵਿੱਚ ਆਇਲ ਕਰੀਮ ਦੋਨੇ ਚੀਜ਼ਾਂ, ਬਟਰ ਪਊਗਾ ਨਾਲ। ਹੁਣ ਇਹਦੇ ਦਿਲ ਖੋਲ੍ਹ ਕੇ ਯੂਜ਼ ਹੁੰਦਾ, ਕਾਫੀ ਹੈਗਾ ਇਹਦੇ 'ਚ, ਕਿਉਂਕਿ ਇਹਦੇ 'ਚ ਗ੍ਰੇਵੀ ਹੋ ਇਹਦੀ ਹੈ ਬਟਰ ਅਤੇ ਇਹਦੀ ਕਰੀਮ ਦੀ। ਕੋਈ ਇੱਕ ਇੱਕ ਈਵਨ ਇੱਕ ਮਸਾਲਾ ਨਹੀਂ ਪੈਂਦਾ ਜੀ ਇਹਦੇ 'ਚ, ਇੱਕ ਮਸਾਲਾ ਮਤਲਬ ਉਹ ਕੋਈ ਪਿਆਜ਼ ਟਮਾਟਰ ਕੁਛ ਨਹੀਂ ਪੈਂਦਾ। ਮੱਖਣ ਨੇ ਲੈਣੀ ਤਾਂ ਨਹੀਂ ਕਰਾਤੀ ਭਰਾਵਾ, ਕੁੱਲ ਜਾ ਭਰਾਵਾ। ਬਟਰ ਨਹੀਂ, ਕੋਈ ਨਹੀਂ ਆਪਾਂ ਇਹਦੇ ਨਾਲ ਕਰ ਲੈਂਦੇ ਹਾਂ। ਚਲੋ ਜੀ ਬਟਰ ਦਾ ਕੰਮ ਹੋ ਗਿਆ, ਹੁਣ ਇਹ ਥੋੜ੍ਹਾ ਜਿਹਾ ਪਿਘਲ ਜੇ, ਆਪਾਂ ਨਾਲ ਦੀ ਨਾਲ ਇਹਦੇ 'ਚ ਪਾ ਲੈਣੇ ਖੜੇ ਮਸਾਲੇ ਆਪਣੇ। ਵੱਡੀ ਲਿਆ ਜੀ, ਸਾਰਾ ਕੁਝ ਇਕੱਠੇ ਹੀ ਚੱਕ ਲੈਂਦੇ ਹਾਂ। ਵੱਡੀ ਲੈ ਜੀ, ਛੋਟੀ ਲੈ ਜੀ, ਤਿੰਨ ਲੌਂਗ ਅਤੇ ਦਾਲਚੀਨੀ। ਦਾਲਚੀਨੀ ਆਪਾਂ ਅੱਧੀ ਪਾਉਣੀ ਹੈ, ਨਹੀਂ ਤਾਂ ਦਾਲਚੀਨੀ ਦਾ ਹੀ ਫਲੇਵਰ ਆਈ ਜਾਣਾ। ਅੱਧੀ ਦਾਲਚੀਨੀ, ਇੱਕ ਪੂਰੀ ਇਲਾਇਚੀ, ਆਪਾਂ ਇਹਨੂੰ ਕੁੱਟ ਲਈਏ ਇਹਦੇ ਨਾਲ ਦੇਸੀ ਤਰੀਕੇ ਨਾਲ। ਪਹਿਲਾਂ ਆਹ ਪਾ ਦਈਏ ਕਲੋਵਸ, ਅਤੇ ਹੁਣ ਆਏ ਹਾਏ ਹੁਣ ਇਹ ਇੱਕ ਇੱਕ ਕਰਕੇ ਲੈ ਜਾਂਦੇ ਭੰਨਾਂ ਵੀ ਆਪਾਂ, ਜੇ ਆਪਾਂ ਇਕੱਠੀਆਂ ਕਰਕੇ ਮਾਰਦੇ ਨਾ ਲੈ ਦੀਆਂ ਤਾਂ ਉੱਡਦੀਆਂ ਹੀ ਜਾਂਦੀਆਂ ਨੇ ਸਾਰੀਆਂ। ਵਾਹ ਜੀ ਵਾਹ, ਇੱਥੇ ਰੱਖ ਦਿਖਾ ਬਿੱਲੇ ਸਾਰਾ ਕੁਛ ਮਾੜੇ ਪਰੇ ਨੂੰ, ਮੈਨੂੰ ਕੱਢਣ ਦਾ ਇੱਕ ਵਧੀਆ ਜੀ ਕੜਛੀ ਮਿਲੀ। ਆਪਾਂ ਲੱਕੜ ਦਾ ਯੂਜ਼ ਕਰਦੇ, ਹਾਂ ਹਾਂ ਕੋਈ ਨਹੀਂ, ਥੋੜ੍ਹੇ ਭਾਂਡੇ ਹੋਰ ਯੂਜ਼ ਕਰ ਲਾਂਗੇ, ਬਿੱਲੇ ਦੇ ਘਰ ਬਣਾ ਰਹੇ ਆਪਾਂ, ਕੋਈ ਨਹੀਂ ਆਪਾਂ ਤਾਂ ਧੋਣੇ ਨਹੀਂ ਭਾਂਡੇ ਹੁਣ। ਵਾਹ ਜੀ ਵਾਹ, ਹੁਣੀ ਬਟਰ ਨੇ ਹੋ ਜਾਣਾ ਇਹਦੇ 'ਚ ਮੈਲਟ। ਹੁਣ ਸਭ ਤੋਂ ਪਹਿਲਾ ਇਨਗਰੀਡੀਅੰਟ ਆਪਾਂ ਆਹ ਪਾ ਚੁੱਕੇ ਹਾਂ ਖੜ੍ਹੇ ਮਸਾਲੇ। ਸਭ ਤੋਂ ਪਹਿਲਾ ਇਨਗਰੀਡੀਅੰਟ ਜਿਹੜਾ ਇਹਦਾ ਨਾਮ, ਜਿਸ ਤੋਂ ਇਹਦਾ ਨਾਮ ਹੈ ਕਾਲੀ ਮਿਰਚ, NDS ਕੀ ਕਾਲੀ ਮਿਰਚ। ਆਹ ਦੇਖ ਲਓ ਕਿੰਨੀ ਪੈਂਦੀ ਹੈ ਅੰਦਾਜ਼ੇ ਨਾਲ, ਆਪੇ ਜਗਾੜਜਮੈਂਟ ਨਾਲ ਆਪੇ ਪਾ ਲਿਓ। ਮੈਂ 2 ਕਿਲੋ ਚਿਕਨ ਬਣਾ ਰਿਹਾ, ਹੁਣ ਆਪੇ ਹਿਸਾਬ ਲਾ ਲਿਓ, ਬਹੁਤ ਜ਼ਿਆਦਾ ਪੈਂਦੀ ਹੈ। ਹਾਏ ਹਾਏ ਐਡੀ ਕਾਲੀ ਮਿਰਚ, ਹਾਏ ਹਾਏ ਐਡੀ ਕਾਲੀ ਮਿਰਚ, ਕਾਲੀ ਮਿਰਚ ਬਹੁਤ ਜ਼ਿਆਦਾ ਪੈਂਦੀ ਹੈ ਇਹਦੇ 'ਚ। ਮਾੜੀ ਜੀ ਕਾਲੀ ਮਿਰਚ ਨੂੰ ਲੱਗੇ ਗਰਮ ਮੈਸ਼ ਜੀ, ਫਿਰ ਆਪਾਂ ਇਹਦੇ 'ਚ ਅਦਰਕ ਲਸਣ ਵੀ ਪਾ ਦੇਣਾ। ਅਦਰਕ ਲਸਣ ਨਹੀਂ, ਅਦਰਕ ਕੱਲਾ, ਅਦਰਕ ਲਸਣ ਸਾਡੇ ਕੋਲ ਛੱਡਣ ਦਾ ਟਾਈਮ ਸੀ, ਟਾਈਮ ਨਹੀਂ ਸੀਗਾ, ਫਿਰ ਮੈਂ ਤਾਂ ਬਿੱਲ ਆ ਲਿਆ। ਨਾਈਲਨਸ ਜਿੰਜਰ ਗਾਰਲਿਕ ਪੇਸਟ, ਬਿੱਲੇ ਅੰਗਰੇਜ਼ੀ ਬੋਲ ਕੇ ਦਿਖਾਈ ਮਾੜੀ ਜੀ, ਕਹੀਂ ਟੂਡੇ ਵੀ ਆਰ ਮੇਕਿੰਗ ਆਪਣਾ ਕਾਲੀ ਮਿਰਚ ਚਿਕਨ, ਕਹੀਂ ਅੰਗਰੇਜ਼ੀ ਪੂਰੀ ਮਾਰੀ ਵੀ ਵੀਰ ਨੂੰ ਪਤਾ ਲੱਗੇ ਸਾਡੇ ਯਾਰ ਦੋਸਤ ਅੰਗਰੇਜ਼ ਨੇ। ਬੋਲ, ਯਾ ਟੂਡੇ ਵੀ ਆਰ ਮੇਕਿੰਗ ਬਲੈਕ ਪੈਪਰ ਚਿਕਨ, ਉੱਚੀ 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 ਉੱਚੀ। We're making black pepper chicken and we're looking at Chef Satkirat just putting down ginger and some green chilies into the stove. Now he's going to heat it up. I'm going to enjoy it later. Yes, same thing I was to, I was ahi bolni thi maine. Kya sugandh hai yaar mere bhaiya, kya sugandh hai, are wow, are wow. ਹੁਣ ਨਾ ਜੀ ਇਹਨੂੰ ਆਪਾਂ ਥੋੜ੍ਹੀ ਜਿਹੀ ਚਿਚਰ ਪਿਚਰ ਕਰਨੀ ਆ, ਥੋੜ੍ਹਾ ਟਾਈਮ ਕਾਲੀ ਮਿਰਚ ਨੂੰ ਪਕਾਉਣਾ ਵਾ, 2 ਮਿੰਟ ਬਾਅਦ ਹੀ ਸ਼ੁਰੂ ਕਰ ਦੇ ਕਿਉਂਕਿ 2 ਮਿੰਟ ਇਹਨੂੰ ਲੱਗਣੇ ਆ ਕੱਢ ਦੇ ਵੇਲੇ। ਇਹ ਵੀ ਬਲਿੰਕ ਕਰਨ ਲੱਗ ਗਈ, ਕੋਈ ਗੱਲ ਨਹੀਂ। ਹੁਣ ਆਪਾਂ ਪਾਉਣਾ ਜੀ ਗੁਰੂ, ਇਹ ਗੁੱਲੂ ਭਾਜੀ ਗਈ ਯਾਰ, ਗੁੱਲੂ ਭਾਜੀ ਕਹਿੰਦੇ ਆ ਤਾਂ ਬਿੱਲੇ ਮੜਿਆ ਦੇਖੀ ਆ ਕੇ ਦਿਖਾ ਇਹਨਾਂ ਨੂੰ, ਝੱਗ ਜੀ ਕਾਫੀ ਬਣ ਗਈ, ਇਹ ਬਟਰ ਕਰਕੇ ਬਣੀ ਆ। ਕਾਲੀ ਮਿਰਚ ਅਤੇ ਬਟਰ ਦੋਨੇ ਆਪਸ 'ਚ ਐਂ ਹੋ ਜਾਂਦੇ ਹੁੰਦੇ ਆ, ਫਿਰ ਪਤਾ ਨਹੀਂ ਕੀ ਕਹਿੰਦੇ ਇਹਨੂੰ, ਬਸ ਹੋ ਜਾਂਦੇ ਆ। ਮੈਂ ਖਾਣਾ ਪੀਣਾ ਬਹੁਤ ਸਵਾਦ ਬਣਾਉਂਦਾ, ਬਸ ਮੈਨੂੰ ਐਂ ਬੋਲਣਾ ਨਹੀਂ ਆਉਣਾ ਵੀ ਕੀ ਐਡਜੈਕਟ ਹੋ ਰਿਹਾ ਕੀ ਨਹੀਂ ਹੋ ਰਿਹਾ, ਸਵਾਦ ਬਹੁਤ ਬਣਾਉਂਦਾ ਮੈਂ ਖਾਣਾ ਪੀਣਾ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਬਾਈ ਜੀ। ਕਿਉਂ ਕਿਉਂ ਬਿੱਲੇ ਗੁੱਲੂ ਭਾਜੀ ਫਿਰ ਕਹਿਣ ਲੱਗੇ ਆ,
ਗੁੱਲੂ ਭਾਈ ਵੀਡੀਓ ਦੇਖਣਗੇ ਉਹਨਾਂ ਨੇ ਕਹਿਣਾ ਬਾਲੀ ਹੱਥ ਪਾਲੀ ਹੈ ਗੁੱਲੂ ਭਾਈ ਮਿਸ ਕਰ ਰਹੇ ਆ ਹਾਂ ਗੁੱਲੂ ਭਾਈ ਆਪਣੇ ਹਰ ਥਾਂ ਦੇ ਸਾਥੀ ਨੇ ਯਾਰ ਕ੍ਰਾਈਮ ਪਾਰਟਨਰ ਗੋਗੋ ਯਾਰ ਬਿੱਲੇ ਮੈਨੂੰ ਲੱਗ ਨਹੀਂ ਰਿਹਾ ਸੀ ਐਡਾ ਵੱਡਾ ਕੁੱਕਰ ਆ ਤਾਂ ਬਹੁਤ ਵੱਡਾ ਕੁੱਕਰ ਆ ਦੇਖਣ ਨੂੰ ਤਾਂ ਨਿੱਕਾ ਜਿਹਾ ਲੱਗਦਾ ਇਹ ਆਪਾਂ ਇਕੱਲੇ 2 ਕਿਲੋ ਲੈਗ ਪੱਟ ਯੂਜ ਕਰੇ ਨੇ ਆਪਾਂ ਨੇ 2 ਕੇਜੀ ਲੈਗ ਪੱਟ ਯੂਜ ਕੀ ਐਲ ਹੈ ਕੀ ਅਰਸ ਹੈ ਬਸ ਕਰੇ ਆਪਾਂ 2 ਕਿਲੋ ਲੈਗ ਪੱਟ ਅਤੇ ਹੁਣ ਇਹਨੂੰ ਦੋ ਥੋੜ੍ਹੀ ਦੇਰ ਪਕਾ ਕੇ ਨਾ ਬਿਲਕੁਲ ਥੋੜ੍ਹਾ ਥੋੜ੍ਹਾ ਵੀ ਇਹਦੀ ਜਿਹੜੀ ਪਿੰਕ ਪਿੰਕ ਹੈ ਵਾਈਟ ਹੋ ਜੇ ਫਿਰ ਆਪਾਂ ਇਹਦੇ 'ਚ ਹਲਕਾ ਜਿਹਾ ਪਾਣੀ ਪਾ ਕੇ ਇਹਦੀ ਮਰਾਉਣੀ ਹੈ ਵਿਸਲ 2 ਵਿਸਲਾਂ ਮਰਾਵਾਂਗੇ ਆਪਾਂ ਇਹਦੀਆਂ ਫਿਲਹਾਲ ਦੀ ਘੜੀ ਨੂੰ ਅਸੀਂ ਪੱਕ ਲੈਣ ਦਿਉ ਅਤੇ ਫਿਰ ਤੋਂ ਇਹਨੂੰ ਬੰਦ ਕਰ ਦਿਓ ਹਾਂਜੀ ਹੁਣ ਸਟੇਜ ਹੈ ਇਹਦੇ 'ਚ ਅਦਰਕ ਲਸਣ ਪੇਸਟ ਪਾਉਣ ਦੀ ਆਪਾਂ ਅਦਰਕ ਇਹਦੇ 'ਚ ਲੰਬੇ ਲੰਬੇ ਲੱਛੇ ਪਾ ਚੁੱਕੇ ਹਾਂ ਉਹ ਸਿਰਫ ਸ਼ਕਲ ਵਾਸਤੇ ਥੋੜ੍ਹਾ ਫਲੇਵਰ ਆ ਜਾਂਦਾ ਹੁਣ ਅਦਰਕ ਲਸਣ ਪੇਸਟ ਪਾਵਾਂਗੇ ਆਪਾਂ ਫਲੇਵਰ ਵਾਸਤੇ ਹੁਣ ਫਿਰ ਉਹੀ ਗੱਲ 2 ਕਿਲੋ ਹੈ ਹਿਸਾਬ ਕਿਤਾਬ ਨਾਲ ਆਪੇ ਹੀ ਪਾ ਲਓ ਮੈਂ ਤੁਹਾਨੂੰ ਰੈਸਪੀ ਜ਼ਰੂਰ ਸ਼ੇਅਰ ਕਰ ਰਿਹਾ ਪਰ ਐਂ ਨਹੀਂ ਵੀ ਐਂ ਮਿਣ ਮੁੜ ਕੇ ਵਾਲਾ ਕੰਮ ਤਾਂ ਮੈਂ ਕਦੀ ਕਰਿਆ ਨਹੀਂ ਜੀ ਆਪਾਂ ਅਦਰਕ ਲਸਣ ਪੇਸਟ ਬਿੱਲੇ ਸ਼ਕਲ ਦਿਖਾ ਕੇ ਆਈ ਯਾਰ ਇਹ ਚਿਕਨ ਦੀ ਸਿਹਰਾ ਲੱਗ ਰਿਹਾ ਮੈਂ ਚਿਕਨ ਦਾ ਆਪਣਾ ਵਾਓ ਐਕਚੁਅਲੀ ਵਾਓ 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 ਬੰਬ ਬਣ ਰਿਹਾ ਜੀ ਮੁਰਗਾ ਹੁਣ ਹੁਣ ਇਹ ਸਟੇਜ ਹੈ ਜੀ ਇਹਦੇ 'ਚ ਮਸਾਲੇ ਪਾਉਣ ਦੀ ਆਪਣੇ ਇਹ ਹੈਗਾ ਜੀ ਉਹ ਆਪਣਾ ਕੀ ਕਹਿੰਦੇ ਉਹ ਕਿਚਨ ਕਿੰਗ ਮੇਰਾ ਫੇਵਰੇਟ ਮਸਾਲਾ ਸਭ ਨੂੰ ਪਤਾ ਹੀ ਹੈ ਆਪਣਾ ਸਭ ਤੋਂ ਫੇਵਰੇਟ ਮਸਾਲਾ ਕਿਚਨ ਕਿੰਗ ਡੇਢ ਕੁ ਚਮਚ ਕਿਚਨ ਕਿੰਗ ਅਤੇ ਨਮਕ ਅਤੇ ਪਹਿਲਾਂ ਧਨੀਆ ਪਾਊਡਰ ਤਕਰੀਬਨ 1 ਚਮਚ ਧਨੀਆ ਪਾਊਡਰ ਅਤੇ ਹੁਣ ਵਾਰੀ ਇਹਦੇ 'ਚ ਨਮਕ ਪਾਉਣ ਦੀ ਫਿਰ ਪਹਿਲਾਂ ਥੋੜ੍ਹਾ ਹੀ ਪਾਓ ਕਈ ਵਾਰੀ ਵੱਧ ਪੈ ਜਾਂਦਾ ਫਿਰ ਜਮ੍ਹਾਂ ਹੀ ਸੱਤੇ ਨਾਲ ਵੱਜ ਜਾਂਦਾ ਚੀਜ਼ ਮੇਰੇ ਨਾਲ ਤਾਂ ਬਹੁਤ ਜ਼ਿਆਦਾ ਹੁੰਦਾ ਇੱਦਾਂ ਫਿਰ ਵਿੱਚ ਕਰੀਮਾਂ ਸ਼ਰੀਮਾਂ ਪਾ ਕੇ ਲੋਡ ਕਰੀਦਾ ਓਏ ਹੋਏ ਬਿੱਲੇ ਖੁਸ਼ਬੂ ਕਿੱਡੀ ਕੰਮ ਆ ਰਹੀ ਹੈ ਨਾ ਸਿਰਾ ਅੱਛਾ ਸੱਚ ਮੇਰੀ ਥੋੜ੍ਹਾ ਜਿਹਾ ਦਾੜੀ ਦੁੜੀ ਮੈਂ ਜ਼ਿਆਦਾ ਕਟਾਤੀ ਹੈ ਕਿ ਮੈਨੂੰ ਪਤਾ ਮੈਂ ਆਪ ਨੂੰ ਨਹੀਂ ਮੈਂ ਖੁਦ ਨੂੰ ਚੰਗਾ ਲੱਗ ਰਿਹਾ ਪਰ ਹੁਣ ਵੀਡੀਓ ਤਾਂ ਬਣਾਉਣੀ ਹੈ ਕੋਈ ਨਹੀਂ ਕਰਦੀ ਖੇਤੀ ਆ ਜੂਗੀ ਪਹਿਲਾਂ ਤਾਂ ਮੈਂ ਮੁੱਛਾਂ ਕਟਾਤੀਆਂ ਮੁੜ ਕੇ ਮੈਂ ਦਾੜੀ ਵੀ ਜ਼ਿਆਦਾ ਛੋਟੀ ਕਰਤੀ ਪਰ ਹੁਣ ਆਪਾਂ ਵਧਾਵਾਂਗੇ ਜੀ ਮੇਰੇ ਮੈਨੂੰ ਵੀ ਪਤਾ ਮੇਰੀ ਦਾੜੀ ਮੁੱਛਾਂ ਜ਼ਿਆਦਾ ਵਧੀਆ ਲੱਗਦੀਆਂ ਬਸ ਮਿਕਸ ਮਿਕਸ ਹੋ ਗਿਆ ਇਹ ਹੁਣ ਆਪਾਂ ਇਹਦੇ ਵਿੱਚ ਪਤਾ ਕੀ ਪਾਉਣਾ ਵੀਰੇ ਹੁਣ ਆਪਾਂ ਇਹਦੇ 'ਚ ਪਾਉਣਾ ਪਾਣੀ ਹੁਣ ਵਾਰੀ ਇਹਦੇ 'ਚ ਪਾਣੀ ਪਾਉਣ ਦੀ ਪਾਣੀ ਪਾ ਕੇ ਆਪਾਂ ਇਹਦੀ ਲਵਾਉਣੀ ਹੈ 1 ਵਿਸਲ ਉਹ ਆ ਜੀ ਵਾਹ ਪਹਿਲਾਂ ਦਿਖਾ ਮੜਿਆ ਨੇੜੇ ਆ ਕੇ ਉਹ ਆ ਜੀ ਵਾਹ ਥੋੜ੍ਹਾ ਜਿਹਾ ਹੋਰ ਪਾਣੀ ਤਕਰੀਬਨ 300 ml ਪਾਣੀ ਪੈ ਗਿਆ ਇਹਦੇ 'ਚ 350 ml ਪਾਣੀ ਇੱਦੂ ਜ਼ਿਆਦਾ ਨਹੀਂ ਹੁਣ ਆਪਾਂ ਇਹਨੂੰ ਢੱਕ ਦੇਣਾ ਅਤੇ 2 ਵਿਸਲਾਂ ਮਰਾਉਣੀਆਂ ਲੈਗ ਪੱਟ ਲਿਆ ਅਤੇ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਲੈ ਜਾਂਦੇ ਹੋਲ ਚਿਕਨ ਨਾਲ ਅਤੇ ਬਸ ਮਰਾ ਕੇ 2 ਵਿਸਲਾਂ ਫਿਰ ਇਹਦੇ 'ਚ ਅੱਗੇ ਦੱਸਦੇ ਆਪਾਂ ਕੀ ਕਰਨਾ ਅੱਛਾ ਇੱਧਰ ਨੂੰ ਆ ਜਾ ਹਾਂਜੀ ਚਿਕਨ ਆਪਣਾ ਤਕਰੀਬਨ ਕੁੱਕ ਹੋ ਚੁੱਕਿਆ ਬਿੱਲੇ ਆ ਮੜਿਆ ਦਿਖਾ ਇਹਨਾਂ ਨੂੰ ਰੰਗਤ ਦਿਖ ਰਹੀ ਹੈ ਸਾਰਿਆਂ ਨੂੰ ਵਾਹ ਜੀ ਵਾਹ ਹੁਣ ਪਾਣੀ ਰਿਡਿਊਸ ਹੋਊਗਾ ਇਹਦਾ ਵੈਸੇ ਅੱਜ ਅਸੀਂ ਕਰਨਾ ਨਹੀਂ ਕਿਉਂਕਿ 2 ਕਿਲੋ ਚਿਕਨ ਆ ਯਾਰ ਗੱਲਬਾਤ ਐਂਡ ਕਰਨੀ ਹੈ ਬਾਬੇ ਹੁਣ ਕਰੀਮ ਪੈਰੀ ਆਪਾਂ ਮੂਲ ਪਾ ਰਹੇ ਹਾਂ ਡੈਰੀ ਪਾ ਲਓ ਜੋ ਮਰਜ਼ੀ ਪਾ ਲਓ ਆਪਾਂ ਜੇ ਕਰੀਮ ਪਾਉਣੀ ਹੈ ਹੁਣ ਆਹ ਸਟੇਜ 'ਤੇ ਕਰੀਮ ਓਏ ਹਿਲਾਉਣ ਵਾਲੀ ਸੀਗੀ ਪਾਣੀ ਧਾਣੀ ਜਿਹਾ ਪਹਿਲਾਂ ਪੈ ਗਿਆ ਕਰੀਮ ਵਿੱਚ ਬਹੁਤ ਕਾਫੀ ਜ਼ਿਆਦਾ ਪੈਂਦੀ ਹੈ ਕਿਉਂਕਿ ਕਾਲੀ ਮਿਰਚ ਚਿਕਨ ਦੀ ਗਰੇਵੀ ਹੁੰਦੀ ਬਟਰ ਅਤੇ ਕਰੀਮ ਦੀ ਹੈ ਪਹਿਲਾਂ ਇੰਨਾ ਕੁ ਮਿਕਸ ਕਰਦੀ ਹੈ ਫਿਰ ਬਾਅਦ 'ਚ ਜਿਹੜਾ ਦੇਸੀ ਜਗਾੜ ਆ ਉਹ ਥੋੜ੍ਹੀ ਤੁਹਾਨੂੰ ਦਿਖਾ ਕੇ ਲਾਉਣਾ ਵਾ ਵੀ ਹੁਣ ਅਸੀਂ ਮਿਹਨਤਾਂ ਕਰਨੀਆਂ ਚਮਚਿਆਂ ਨਾਲ ਕੱਢਣੀਆਂ ਵਿੱਚੋਂ ਵਾਹ ਜੀ ਵਾਹ ਰੰਗਤ ਦੇਖ ਰਹੇ ਹੋ ਕਾਲੀ ਮਿਰਚ ਚਿਕਨ ਦੀ ਰੰਗਤ ਦੇਖ ਰਹੇ ਹੋ ਵੀਰਿਓ
आए हाय 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 हाय, वाह जी वाह, क्या बात है। लास्ट स्टेज है हुण इहदी अपने काली मिर्च चिकन की, बिल्ले दिखा माड़ा जिहा, इह हुण इहदी तरी थोड़ी पतली है, इहनूं माड़ा जिहा रिड्यूस करांगे, बंदे हैगे ज़्यादा खाण वाले, बाला भी नहीं गाढ़ा करना, फिर घट जूगा। हुण आपां इहदी लास्ट स्टेज है, इहदे ते पैणी आपां नी कसूरी मेथी, वाह जी वाह, इहनूं वैसे मसलन की लोड़ ही नहीं, पहले ही बहुत मसली हुई है। डन बस, हुण इहनूं सिर्फ खाणा आपां ने, बिल्ले माड़ी शक्ल दिखाए दी, हुण टेस्टिंग मैं बस इहदी हुण करनी, कर मैं कहना दो मिनट रुक के कर लैंदे आ, हजे माड़ा रिड्यूस हो जाए, टेस्टिंग वेले दिखाउंदे आ तुहानूं किद्दां दा बणदा। हाँ जी, काली मिर्च चिकन अपना बन के तैयार, कसूरी मेथी ने आपां कीता गार्निश, हुण वारी है टेस्टिंग दी। चिकन लैग पीस इन्ना सॉफ्ट है भी चमचे नाल इक ऐ टुटदा, सीटियां इन्नी मराइयां, हुण नहीं रुकनी वीडियो, कोई गल नहीं कोई गल नहीं कोई गल नहीं कोई गल नहीं, अगे दो तीन वारी हो चुके है टेस्ट, अगे भी कर चुके मैं दो तीन वारी, वीडियो कट के बन चुकी है, हुण मैं अपनी तारीफ थोड़ी करूँगा, इन्ना कु ज़्यादा सवाद बनया, तुसीं जरूर रेसिपी ट्राई करो। बाकी हाँ, इन्हां रोटी खाओ, परौंठा खाओ, लच्छा परौंठा खाओ, ब्रैड भी बहुत सवाद लगती है। बाकी तुहानूं मेरी वीडियो चंगी लगी तां लाइक कर दिओ, कमेंट दिओ मैनूं सजेशन, बाकी सबसक्राइब कर लो मेरा यूट्यूब चैनल फूड 18। थैंक यू।